ਸੰਨ 2017 ਦੀ ਦੀਵਾਲੀ ਜਿਹੜੀ ਹੈਗੀ ਹੈ ਪੂਰੇ ਭਾਰਤ ਵਰਸ਼ ਦੇ ਵਾਸੀਆਂ ਦੇ ਲਈ ਜਿਹੜੀ ਹੈ ਬਹੁਤ ਹੀ ਸ਼ੁਭ ਹੋਵੇ। ਔਰ ਮੈਂ ਸੋਚਦਾ ਵੀ ਦੇਸ਼ ਨੂੰ ਜਿਹੜੀ ਅੱਜ ਸਭ ਤੋਂ ਵੱਡੀ ਲੋੜ ਹੈਗੀ ਹੈ ਉਹ ਹੈਗੀ ਹੈ ਇਮਾਨਦਾਰੀ ਨਾਲ ਡਿਊਟੀ ਕਰਨ ਦੀ। ਜਿਹੜੇ ਵੀ ਆਦਮੀ ਕੋਲ ਜਿਹੜੀ ਡਿਊਟੀ ਹੈਗੀ ਹੈ ਔਰ ਉਹ ਡਿਊਟੀ ਆਪਣੀ ਇਮਾਨਦਾਰੀ ਨਾਲ ਪਰਫੋਰਮ ਕਰੇ ਤਾਂ ਦੇਸ਼ 'ਚ ਬਹੁਤ ਵੱਡਾ ਸੁਧਾਰ ਆ ਸਕਦਾ ਹੈਗਾ। ਦੀਵਾਲੀ ਇੱਕੋ ਫਰੈਂਡਲੀ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ ਤਾਂ ਕਿ ਅੱਜ ਜਿਹੜਾ ਪੋਲਿਊਸ਼ਨ ਦਾ ਵਾਤਾਵਰਣ ਦਾ ਮੁੱਦਾ ਹੈਗਾ ਉਹਦੇ 'ਚ ਸਾਡਾ ਵੀ ਸਹਿਯੋਗ ਬੜਾ ਜ਼ਰੂਰੀ ਹੈ। ਪਟਾਕੇ ਚਲਾਉਣੇ ਵੀ ਜ਼ਰੂਰੀ ਹੈ ਲੇਕਿਨ ਜਿਹੜੇ ਪਟਾਕੇ ਜ਼ਿਆਦਾ ਪੋਲਿਊਸ਼ਨ ਫੈਲਾਉਂਦੇ ਆ ਉਹਨਾਂ ਤੋਂ ਸਾਨੂੰ ਥੋੜ੍ਹਾ ਜਿਹਾ ਸਾਨੂੰ ਵੀ ਪਰਹੇਜ਼ ਕਰਨਾ ਚਾਹੀਦਾ। ਅਤੇ ਮੈਂ ਇਹਦੇ ਨਾਲ ਫਿਰ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਦੀਵਾਲੀ ਦੀਆਂ, ਹੁਸ਼ਿਆਰਪੁਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਔਰ ਸਾਰੇ ਹਿੰਦੁਸਤਾਨ ਬਾਕੀ ਪੂਰੇ ਦੇ ਵਿਸ਼ਵ ਦੇ ਲੋਕਾਂ ਨੂੰ ਇਸ ਦੀਵਾਲੀ ਦੀ ਮੁਬਾਰਕਬਾਦ ਹੈ ਅਤੇ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੈ ਹਿੰਦ ਹੈ।